ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਤੁਹਾਡਾ ਇੱਕ ਹੋਰ ਗੱਲਾਂ ਬਾਤਾਂ ਦੇ ਰੋਮਾਂਚਕ ਪ੍ਰੋਗਰਾਮ ਦੇ ਵਿੱਚ ਸਵਾਗਤ ਤਾਂ ਹੋ ਗਿਆ ਪਰ ਕੱਲ੍ਹ ਵੀਡੀਓ ਨਹੀਂ ਆਈ ਯਾਰ। ਜਨਤਾ ਦੇ ਕਮੈਂਟ ਬਹੁਤ ਢੇਰ ਭਰੇ, ਲੋਕਾਂ ਨੂੰ ਕਹਿ ਦਿਉ ਗੱਪ ਛੱਡ ਦਿਉ, ਢੇਰ ਭਰੇ ਲੋਕਾਂ ਨੇ ਤਾਂ ਜਾਣ ਹੀ ਖਾਲੀ ਵੀਡੀਓ ਨਹੀਂ ਉਹ ਯਾਰ ਕੱਲ੍ਹ ਐਕਚੁਲੀ ਬਾਰਿਸ਼ ਦਾ ਮੌਸਮ ਸੀ ਤੋ ਬਾਰਿਸ਼ ਟੂ ਮੱਚ ਹੋਈ ਜਾਂਦੀ ਸੀ, ਮੈਂ ਬਾਰਿਸ਼ ਮੇ ਉੱਪਰ ਨਹਾਣੇ ਚਲ ਗਿਆ ਔਰ ਗਿਰ ਗਿਆ। ਇਹ ਦੇਖੋ ਥੋੜ੍ਹੀ ਸੀ ਸਕਰੈਚ ਪੜ ਗਈ। ਸੋ ਗਾਇਜ਼ ਵਿਊ ਪੱਟੀਆਂ ਦੇਖ ਤਾਂ ਲਾਈਆਂ ਨਹੀਂ, ਪੱਟੀਆਂ ਲਾ ਲਈਆਂ ਪਰ ਵਿਊ ਦੇ ਦਿਉ। ਉਹ ਯਾਰ ਕੱਲ੍ਹ ਟਾਈਮ ਹੀ ਲੱਗਿਆ, ਬਸ ਮੀਂਹ ਬਾਹਲਾ ਸੀਗਾ ਅਤੇ ਤਾਂ ਕਰਕੇ ਤੁਹਾਨੂੰ ਪਤਾ ਆਪਾਂ ਨੈਚੁਰਲ ਲਾਈਟ ਸ਼ੂਟ ਕਰੀ ਤਾਂ ਨੈਚੁਰਲ ਲਾਈਟ ਮਿਲੀ ਨਹੀਂ ਕੱਲ੍ਹ ਮੈਨੂੰ। ਸੋ ਦੈਟਸ ਵਾਈ ਹਾਂ ਵਾਕਈ। ਸੋ ਅੱਜ ਆਪਾਂ ਗੱਲ ਕਰਾਂਗੇ ਜੀਵਨ ਪ੍ਰਭ ਦੀ। ਦੇਖ ਸਾਰੇ ਹੀ ਪਹੁੰਚ ਗਏ, ਇਕੱਲਾ ਜੀਵੂ ਹੀ ਰਹਿ ਗਿਆ ਇਹਦਾ। ਜੀਵੂ ਪਹੁੰਚਿਆ ਨਹੀਂ ਪਰ ਜੀਵੂ ਦੀ ਲਵ ਸਟੋਰੀ ਓਏ ਹੋਏ ਹੋਏ ਦੁਨੀਆ 'ਤੇ ਮੈਂ ਗਿਆ, ਬਿੱਲਬੋਰਡ 'ਤੇ ਛਾ ਗਈ ਸੀ। ਆਓ ਚੱਲੀਏ ਜੀਵੂ ਦੀ ਲਵ ਸਟੋਰੀ ਚੈੱਕ ਕਰੀਏ, ਵੇਖੀਏ ਕਦੋਂ ਕਦੇ ਜਾਣਦੇ ਆ। ਇਹ ਵੀ ਕਿਤੇ 11 ਸਾਲ ਦੀ ਉਮਰ 'ਚ ਨਾ ਇਸ਼ਕ ਲੜਾ ਕੇ ਬਹਿ ਗਏ, ਪਰ ਇਹਨੇ ਟਾਈਟਲ 'ਚ ਤਾਂ ਲਿਖ ਰੱਖਿਆ 16 ਸਾਲ ਦੀ ਉਮਰ 'ਚ ਹੀ ਰੋਕਾ। ਓਏ ਹੋਏ 16 ਸਾਲ ਦੀ ਉਮਰ 'ਚ ਰੋਕਾ ਲਵ ਸਟੋਰੀ ਪਾਰਟ 1। ਜੇ ਇਹਦਾ ਪਾਰਟ 2 ਨਾ ਆਇਆ ਨਾ ਤਾਂ ਫਿਰ ਵੇਖ ਲਈ। ਆਓ ਚੱਲੀਏ ਲਵ ਸਟੋਰੀ ਵੱਲ, ਐ ਖਸ਼ ਵੇਖ ਹੁੰਦਾ ਰੋਮਾਂਚਿਕ। ਹੋਵਾਂਗੇ ਠੀਕ, ਇਹ ਪੜਦੇ ਮੂਹਰੇ ਲਾਈ ਬੈਠੇ ਹੋ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇੱਕ ਬਹੁਤ ਸ਼ਾਨਦਾਰ ਵਲੌਗ। ਸ਼ਾਨਦਾਰ ਨੂੰ ਵਿੱਚ ਕੀ ਟਰੈਕਟਰ ਟਰੈਕਟਰ ਖੜਾ ਕਰ ਦੇਗਾ, ਸ਼ਾਨਦਾਰ ਵਲੌਗ ਕਬਾਇਨਾਂ ਦੀ ਲੜਾਈ ਵਿਖਾਏਗਾ ਸ਼ਾਨਦਾਰ। ਕੀ ਯਾਰ ਲਵ ਸਟੋਰੀ ਨੂੰ ਸ਼ਾਨਦਾਰ ਵਲੌਗ ਨਹੀਂ ਆਖਦੇ ਮੇਰੇ ਹਿਸਾਬ ਨਾਲ, ਉਹ ਦੁਨੀਆ ਦੇ ਸਭ ਤੋਂ ਵੱਡੇ ਮੂਰਖ ਆ ਜਿਹੜੇ ਆਪਦੀ ਲਵ ਸਟੋਰੀ ਨੈੱਟ 'ਤੇ ਬਹਿ ਕੇ ਦੱਸਦੇ ਆ। ਇਹਦੇ ਨਾਲ ਕੁਛ ਨਹੀਂ ਕਿਸੇ ਨੂੰ ਮਿਲਣ ਲੱਗਿਆ, ਸਿਰਫ ਲੋਕਾਂ ਨੂੰ ਆਸ ਕੀ ਨਹੀਂ ਮੱਤਾਂ ਮਿਲਦੀਆਂ ਵੀ ਮਾਰਨੀ ਕਿੱਦਾਂ ਆ, ਐਵੇਂ ਯੂਥ ਵਿਗਾੜਨ ਵਾਲਾ ਹਿਸਾਬ ਹੀ ਇਹ ਤਾਂ। ਆਪਸ 'ਚ ਨਹੀਂ ਮਿਲਦੇ, ਬੋਲ ਵਿੱਚ ਹੀ ਬੋਲੀ ਜਾਂਦੇ, ਪਹਿਲਾਂ ਸਲਾਹ ਕਰ ਲਿਆ ਕਰੋ ਕਿੰਨੇ ਬੋਲ। ਆਪਣਾ ਮਤਲਬ ਕਿ ਵਿਆਹ ਤੋਂ ਪਹਿਲਾਂ ਜੋ ਮੌਕਾ ਹੁੰਦਾ ਉਹ ਕਿਦੋਂ ਹੋਇਆ ਤੇ ਕਿੱਦਾਂ ਹੋਇਆ, ਕਿੰਨੀ ਏਜ ਸੀ ਸਾਡੀ, ਕਿੱਦਾਂ ਹੋ ਗਿਆ, ਮਤਲਬ ਖੜੇ ਪੈ ਕੇ ਆਪ ਹੀ ਦੇਖਣਾ ਵੀ ਕਿੱਦਾਂ ਕਿਸਮਤ ਹੀ ਜਿੱਦਾਂ ਕਿਸਮਤ ਹੋ ਜਾ ਕਿਸਮਤ। ਕੁੜੀ 'ਚ ਵਾਹਵਾ ਹੈਗਾ ਬਲੌਗ ਦਾ, ਉਹ ਤਾਂ ਵਿਚਾਰਾ ਸੱਤਾ ਅੱਠ ਕਿੱਦਾਂ ਹੋਇਆ ਰੋਕਾ ਤੇ ਦੱਸ ਦਿਓ ਤਾਂ ਨੂੰ ਵੇਖਦੇ ਆ ਰੱਬ ਬੋਲੋ ਤੇ ਪਤਾ ਵੀ ਨਹੀਂ ਲੱਗਾ, ਸਾਨੂੰ ਨਹੀਂ ਲੱਗਾ ਝੱਟ ਰੋਕਾ ਝੱਟ ਗਿਆ। 2 ਸਾਲ ਦਾ ਜਿੱਦਾਂ ਭਰਾ ਦਾ ਆਪਾਂ ਗੈਪ ਆਇਆ ਉੱਥੇ ਦੇ ਤੇ ਆਪਾਂ ਅੱਗੇ ਤੋਂ ਵੀ ਆਪਣੀ ਪਲੈਨਿੰਗ ਕੀਤੀ ਆ ਤੇ ਹੁਣ ਆਪਾਂ ਤੁਹਾਨੂੰ ਹੌਲੀ ਹੌਲੀ ਦੱਸਾਂਗੇ ਵੀ ਕੀ ਹਾੜੇ ਕੀ ਸਟਾਰਟ ਕਿੱਥੋਂ ਹੋਇਆ। ਸਟਾਰਟ ਕਿੱਥੋਂ ਹੋਇਆ, ਸੋ ਇਹ ਸਟਾਰਟ ਹੋਇਆ ਸੀਗਾ ਫਸਟ ਟਾਈਮ ਮੇਰੀ ਭੂਆ ਜੀ ਦੀ ਬੇਟੀ ਦੀ ਮੈਰਿਜ ਸੀਗੀ। ਸੋ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਵਾਂ ਕਿ ਜਿਹੜੇ ਜੀਵਨ ਦੇ ਸਿਸਟਰ ਨੇ, ਮੇਰੀ ਜੋ ਸਿਸਟਰ ਆ ਇੱਡਾ ਦੇ ਭਾਬੀ ਵੀ ਨੇ, ਭਾਬੀ ਵੀ ਨੇ ਕਿਉਂਕਿ ਇਹਨਾਂ ਦੇ ਭੂਆ ਦੇ ਮੁੰਡੇ ਵੱਲ ਮੇਰੀ ਸਿਸਟਰ ਵਿਆਹੇ ਨੇ ਤੇ ਚਲੋ ਵਿਆਹਾਂ 'ਤੇ ਮੇਲ ਹੋ ਜਾਂਦੇ, ਕਮਾਲ ਦੀ ਗੱਲ ਹੈ ਵੈਸੇ। ਵਿਆਹ 'ਤੇ ਮੇਲ ਹੋ ਗਿਆ, ਰਿਸ਼ਤੇਦਾਰੀ 'ਚ ਵਿਆਹ ਹੋ ਗਿਆ, ਚੱਲ ਐਂ ਤਾਂ ਚੱਲਦਾ ਹੀ ਆ ਭੂਆ ਜੀ ਦੀ ਪੋਤੇ ਦੇ। ਪਰ ਭੂਆ ਜੀ ਵੀ ਆਖਦੀ ਉਹ ਕਿੱਧਰ ਯਾਰ ਸਾਡਾ ਨਾਂ ਲਈ ਜਾਂਦੀ ਹੈ, ਤੁਸੀਂ ਲਵ ਸਟੋਰੀ ਵਲੌਗ ਪਾਉਣਾ ਹੈ ਰਿਸ਼ਤੇਦਾਰੀਆਂ ਦੱਸਣ ਆਏ ਹੋ, ਵੈਸੇ ਪੁੱਛਦਾ ਗੱਲ। ਅੱਛਾ ਗੱਲ ਵਿੱਚ ਸ਼ੁਰੂ ਹੋਈ ਫਿਰ ਰਿਸ਼ਤੇਦਾਰੀਆਂ ਕਰਨਾ ਆ ਤੇ ਮੇਰੇ ਮੰਮਾ ਪਾਪਾ ਨਾਲ ਗੱਲ ਕੀਤੀ, ਇਹਨਾਂ ਨੇ ਮਤਲਬ ਗਾਂ ਦੀ ਗਾਂ ਸਾਰੇ ਰਿਸ਼ਤੇਦਾਰਾਂ ਕੋਲੋਂ ਗੱਲ ਹੋਈ ਤੇ ਮੰਮਾ ਨੂੰ ਆ ਕੇ ਜਦੋਂ ਇਹਨਾਂ ਨੇ ਕਿਹਾ ਕਿ ਇੱਦਾਂ ਕਰਕੇ ਰਿਸ਼ਤਾ ਕਰਨਾ ਆ ਤੇ ਮੰਮਾ ਕਹਿੰਦੇ ਚਲੋ ਕੋਈ ਗੱਲ ਨਹੀਂ ਵੇਖ ਲੈਂਦੇ ਆ। ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਉਸ ਟਾਈਮ ਮੇਰੀ ਏਜ 16 ਈਅਰ ਸੀਗੀ, ਮਤਲਬ ਮੈਂ ਆਪਣੀ ਪਲੱਸ 2 ਅਜੇ ਕਰ ਰਹੀ ਸੀਗੀ, ਉਹ ਵੀ ਮੈਂ ਪਲੱਸ 2 ਵੀ ਨਹੀਂ ਕੰਪਲੀਟ ਕੀਤੀ ਸੀ। 16 ਸਾਲ ਦੀ ਉਮਰ 'ਚ ਪਲੱਸ 2, ਓਏ ਹੋਏ ਮੇਰੇ ਹਿਸਾਬ ਨਾਲ ਨਰਸਰੀ ਐਲ ਕੇ ਜੀ, ਮਤਲਬ ਇਹ 2 ਸਾਲ ਦੀ ਉਮਰ 'ਚ ਨਰਸਰੀ ਕਰਨ ਲੱਗ ਗਈ ਸੀ ਹੈ ਨਾ, ਫਿਰ ਐਲ ਕੇ ਜੀ 4 ਦੀ 'ਚ ਫਸਟ 'ਚ ਆ ਗਈ, 12 4 16 ਪਲੱਸ 2 ਕਰ ਰਹੀ ਸੀ ਯਾਰ। ਇੰਨੀ ਕੀ ਘਰਦਿਆਂ ਨੂੰ ਪੈ ਗਈ ਸੀ ਮਤਲਬ 16 ਸਾਲ ਦੀ ਉਮਰ 'ਚ ਵਿਆਹ ਕਰਨਾ, ਨਹੀਂ ਸੀਰੀਅਸਲੀ ਪੁੱਛਦਾ ਮੈਂ, ਕੋਈ ਮਜਬੂਰੀ ਸੀ ਜਾਂ ਕੋਈ ਰੋਲਾ ਸੀ? ਪਲੱਸ 1 ਚ ਸੀ ਅਜੇ, ਮਤਲਬ ਸੈਸ਼ਨ ਸਟਾਰਟ ਹੋਇਆ ਮਤਲਬ ਜੂਨ ਦੀਆਂ ਛੁੱਟੀਆਂ ਹੀ ਦਾ ਡੀਜ਼ਲ ਲੰਗੀ। ਹਾਂ ਯੈਸ, ਬਿਕਾਜ਼ ਸਾਡਾ ਜਿਹੜਾ ਰੋਕਾ ਸੀਗਾ 3 ਜੁਲਾਈ ਨੂੰ, ਦੇਖ ਲਓ ਭੁੱਲ ਗਏ 3 ਜੁਲਾਈ। ਚਲੋ ਵਧੀਆ ਗੱਲ ਆ, ਭੁੱਲ ਗਏ ਤਾਂ ਯਾਦ ਰੱਖਦਾ ਵੀ ਕੌਣ ਅੱਜ ਕੱਲ੍ਹ, ਵੈਸੇ ਰੋਕਾ ਹੀ ਨਹੀਂ ਯਾਦ ਕਦੋਂ ਹੋਇਆ ਸੀ, ਅਗਾਂ ਕੀ ਦੱਸ। ਹੈਪੀ ਬਰਥਡੇ ਯਾਦ ਰੱਖੋ ਜ਼ਿੰਦਗੀ ਦੇ, ਕਿੱਡੇ ਹੁੱਬ ਕੇ ਦੱਸ ਦੇਣਾ ਆਪਣੇ ਮਤਲਬ ਕਿ ਪੜ੍ਹਨਾ ਸੀ ਅੱਗੇ ਤੇ ਸਾਡੇ ਘਰ ਵੱਲੋਂ ਇੰਨੀ ਕੋਈ ਚੰਗੀ ਮਤਲਬ ਤੰਗੀ ਨਹੀਂ ਵੀ ਪੜ੍ਹਨ ਵਾਸਤੇ ਜਾਂ ਕਿੱਦਾਂ ਵੀ, ਤੇ ਆਪਾਂ ਮਤਲਬ ਕਿ ਬੜਾ ਕੁਛ ਕੀਤਾ ਪਰ ਸਾਨੂੰ ਫਿਰ ਵੀ ਨਾਲ ਇੱਥੇ ਆਇਆ।
ਫਾਦਰ ਇਨ ਲਾ ਇੰਨੇ ਖੁਸ਼ ਹੋਏ ਨਾ ਵੀ ਇਹ ਗੱਲ ਸੁਣ ਕੇ ਕਹਿੰਦੇ ਸਾਡੇ ਘਰ ਵੀ ਕੋਈ ਬੱਚਾ ਪੜਨ ਵਾਲਾ ਆਵੇ ਕਿਉਂਕਿ ਇਹ ਸਾਰੇ ਪਲੱਸ 2 ਪਾਸ ਨੇ ਤੇ ਇਹ ਤਾਂ ਖੜੇ ਪੈਰ ਮੂੰਹ ਤੇ ਸੋਟਾ ਮਾਰੀ ਜਾਂਦੀ ਘਰੇ ਆ ਕੇ ਉਹਨਾਂ ਦੇ ਪਲੱਸ 2 ਪਾਸ ਇਹ ਦੱਸਣਾ ਜ਼ਰੂਰੀ ਥੋੜ੍ਹੀ ਹੈ ਕਿ ਤੁਸੀਂ ਸਾਰੇ ਪਲੱਸ 2 ਪਾਸ ਹੀ ਆ ਅਤੇ ਮੈਂ ਭਰਾਵਾ ਤੁਸੀਂ ਪੜ੍ਹ ਕੇ ਕਿਹੜਾ ਕੁੰਡੇ ਵਾਲਾ ਕੱਪ ਜਿੱਤ ਲਿਆ ਵੱਧ ਤੋਂ ਵੱਧ ਕਨੇਡਾ ਚੱਲ ਗਏ ਕਨੇਡਾ ਕੀ ਆ ਯਾਰ ਮੈਂ ਵੈਸੇ ਆਉਂਦੇ 5 ਸਾਲਾਂ ਨੂੰ ਮਿੱਟੀ ਇਹ ਕੰਮ ਲੋਕ ਇੱਧਰ ਨੂੰ ਵਾਪਸ ਆਉਣ ਲੱਗ ਜਾਣਗੇ ਵੇਖ ਲਿਓ ਤੁਸੀਂ ਯਾਰ ਇੰਨੀ ਇੰਨਾ ਖਲਾਰਾ ਪਿਆ ਖੜਾ ਕਨੇਡਾ ਤਾਂ ਮੈਂ ਪੁੱਛੋ ਨਾ ਪੰਜਾਬ 'ਚ ਨਹੀਂ ਪਿਆ ਇੰਨਾ ਜਿੰਨਾ ਕਨੇਡਾ 'ਚ ਪੈ ਗਿਆ ਹੁਣ ਖਲਾਰਾ ਹੁਣ ਤਾਂ ਸਗੋਂ ਜ਼ਿਆਦਾ ਹੀ ਪੈ ਗਿਆ ਸ਼ਿਵੂ ਤੇਰੀ ਜੱਫੀ ਆਈ ਕਿ ਨਹੀਂ ਆ ਗਈ ਜੱਫੀ ਆਨਾ ਖੜ ਜਾ ਮੈਂ ਖੁਸ਼ ਸੀਗੇ ਅੱਛਾ ਮਤਲਬ ਇੱਦਾਂ ਦਾ ਘਰ ਪਰਿਵਾਰ ਮਿਲੇ ਹਨਾ ਤੇ ਫਿਰ ਨਾ ਮਤਲਬ ਕਿ ਇਹਨਾਂ ਦੇ ਮੰਮਾ ਪਾਪਾ ਸਾਡੇ ਘਰ ਆਏ ਸਾਡਾ ਘਰ ਪਰ ਦੇਖਿਆ ਪਹਿਲਾਂ ਮੇਰੇ ਮੰਮਾ ਪਾਪਾ ਨੇ ਪਹਿਲਾਂ ਮੈਨੂੰ ਕਿੱਦਾਂ ਪੁੱਛਿਆ ਉਹਨਾਂ ਨੇ ਮੈਨੂੰ ਪੁੱਛਿਆ ਕਿ ਇੱਦਾਂ ਦਾ ਕਰਕੇ ਜੀਵਨ ਹੈ ਜਾਣਦੀ ਤਾਂ ਮੈਂ ਪਹਿਲਾਂ ਹੀ ਸੀਗੀ ਇਹਨਾਂ ਨੂੰ ਬਿਕੋਜ਼ ਤੁਹਾਨੂੰ ਦੱਸ ਚੁੱਕੀ ਹਾਂ ਅਸੀਂ ਮੈਰਿਜ ਤੇ ਮਿਲੇ ਹੋਏ ਸੀ ਅੱਛਾ ਤੇ ਬਟ ਇੱਦਾਂ ਦੀ ਕੋਈ ਗੱਲ ਨਹੀਂ ਸੀ ਪਤਾ ਵੀ ਨਹੀਂ ਸੀਗਾ ਕਿ ਆਉਣ ਵਾਲੇ ਟਾਈਮ 'ਚ ਆਹ ਕੰਮ ਹੋ ਜਾਣਾ ਆ ਤੇ ਜਿੱਦਾਂ ਮੰਮਾ ਨੇ ਮੈਨੂੰ ਪੁੱਛਿਆ ਕਿ ਮਤਲਬ ਤੁਹਾਡੀ ਮੈਰਿਜ ਕਰਨੀ ਆ ਜੀਵਨ ਨਾਲ ਇੱਦਾਂ ਉੱਦਾਂ ਤੈਨੂੰ ਠੀਕ ਲੱਗਦਾ ਮੁੰਡਾ ਤੇ ਮੈਂ ਕਿਹਾ ਮੰਮਾ ਮੈਨੂੰ ਇਹ ਪ੍ਰੋਬਲਮ ਨਹੀਂ ਜੇ ਤੁਹਾਨੂੰ ਠੀਕ ਲੱਗਦਾ ਓਹੋ ਤੁਸੀਂ ਦੇਖੋ ਵੈਸੇ ਕਮਾਲ ਦੀ ਗੱਲ 11ਵੀਂ ਕਲਾਸ 'ਚ ਤਾਂ ਤੂੰ ਪੇਪਰ ਦਿੱਤੇ ਆ ਪਲੱਸ 2 ਤੇਰੀ ਸ਼ੁਰੂ ਹੋਈ ਹੈ ਕੀ ਮਤਲਬ ਤੇਰਾ ਏਮ ਕੀ ਸੀ ਤੂੰ ਇਹ ਚਾਹੁੰਦੀ ਸੀ ਵੀ ਮੈਨੂੰ ਬੋਰਡ ਦੇ ਪੇਪਰਾਂ ਦੀ ਤਿਆਰੀ ਮੇਰਾ ਜੀਵਨ ਕਰਾਵੇ ਮਤਲਬ ਕੀ ਕੋਈ ਤਾਂ ਗੱਲ ਹੋਣੀ ਹੈ ਯਾਰ ਪਤਾ ਨਹੀਂ ਕੀ ਯਾਰ ਘਰਦਿਆਂ ਨੂੰ ਬਸ ਰੌਲਾ ਤਾਂ ਕਨੇਡਾ ਹੀ ਹੈ ਸਾਰਾ ਵੈਸੇ ਦੋ ਸਾਲ ਦਾ ਗੈਪ ਕਿਉਂ ਪੈ ਗਿਆ ਸਤਿ ਸ਼੍ਰੀ ਅਕਾਲ ਆਪਾਂ ਟਾਈਮ ਲੱਗ ਗਿਆ ਸੀ ਮੇਰੀ ਸਟੱਡੀ ਤੱਕ ਮਤਲਬ ਆ ਕਿ ਮੈਂ ਅੱਛਾ ਸਟੱਡੀ ਕੰਪਲੀਟ ਕਰ ਲਈ ਹੈ ਬਸ ਮੇਰੀ ਸਟੱਡੀ 'ਚ ਰੁਕਾਵਟ ਨਾ ਆਵੇ ਵੀ ਕੋਈ ਫੋਰਸ ਨਾ ਹੋਵੇ ਕਿਸੇ ਚੀਜ਼ ਵੱਲੋਂ ਤੇ ਅੱਛਾ ਜੀ ਮੈਂ ਕਰਦੀ ਹਾਂ ਵੀ ਮਤਲਬ ਇੱਕ ਮੀਟਿੰਗ ਦੇ ਵਿੱਚ ਘਰ ਜਾ ਸੀ ਨਾ ਤੇ ਮੰਮਾ ਮੇਰੇ ਰਾਤ ਨੂੰ ਸੁੱਤੇ ਪਏ ਮੇਰੇ ਨਾਲ ਤੇ ਮੰਮਾ ਨਾ ਜੀਵਨ ਦੀ ਫੇਸਬੁੱਕ ਆਈਡੀ ਖੋਲੀ ਜੀਵਨ ਦੀ ਤੇ ਜੀਵਨ ਦੇ ਨਾ ਫੋਟੋਸ ਵੇਖੀ ਜਾਣ ਅੱਧੀ ਰਾਤ ਨੂੰ ਨਾਲੇ ਪਿੰਡ ਤਾਂ ਬਾਅਦ ਆ ਤੇ ਆ ਮੁੰਡਾ ਸ਼ਕੀਲ ਡੋਲੀ ਆ ਦੇਖ ਆਹ ਡੋਲੀ ਕਮਾਲ ਦੀ ਗੱਲ ਆ ਆਪੇ ਗੱਲਾਂ ਦੱਸ ਆਪੇ ਖੁਸ਼ ਹੋਈ ਜਾਂਦੇ ਆ ਲਵ ਸਟੋਰੀ ਬਲੌਗ ਮੰਮੀ ਦੀਆਂ ਕਹਾਣੀਆਂ ਵੀ ਸਾਰੀ ਦੱਸਦੀਆਂ ਮੰਮੀ ਕਿੱਦਾਂ ਫੇਸਬੁੱਕਾਂ ਫਰੋਲੀ ਜਾਂਦੀ ਦੱਸ ਕਿੱਥੇ ਜਾ ਰਿਹਾ ਯਾਰ ਤੇ ਮੁੜ ਕੇ ਇਹਨਾਂ ਦੇ ਮੰਮਾ ਪਾਪਾ ਨਾਲ ਗੱਲ ਕੀਤੀ ਹਫ਼ਤੇ ਬਾਅਦ ਮੰਮਾ ਘਰ ਵੇਖਣ ਆ ਗਏ ਹਨਾ ਜਿੱਦਾਂ ਘਰ ਬਾਰ ਸਾਰਾ ਪਹਿਲੀ ਪੰਨਾ ਸਾਰਾ ਵੇਖਣ ਆ ਗਏ ਤੇ ਆਏ ਤੇ ਮੁੰਡਾ ਭੱਜ ਭੱਜ ਕੰਮ ਕਰਾਵੇ ਮੰਮੀ ਨਾਲ ਮੁੜ ਕੇ ਫਿਰ ਜਦੋਂ ਘਰ ਬਾਰ ਵੇਖ ਕੇ ਵੈਸੇ ਨਾ ਇਹ ਤਾਂ ਚੱਲ ਕੁੜੀ ਵਾਲੇ ਆ ਕੁੜੀ ਵਾਲਿਆਂ ਦਾ ਹੱਕ ਹੁੰਦਾ ਮੁੰਡੇ ਵਾਲਿਆਂ ਦਾ ਘਰ ਵੇਖਣਾ ਵੀ ਸਾਡੀ ਕੁੜੀ ਰਹੂਗੀ ਕਿੱਥੇ ਹੈ ਨਾ ਸਰਕਾਰੀ ਨੌਕਰੀ ਵੇਖ ਕੇ ਵਿਆਹ ਕਰ ਦਿੰਦੇ ਅੱਜ ਕੱਲ੍ਹ ਤਾਂ ਯਾਰ ਸਹੀ ਮਾਇਨੇ 'ਚ ਨਾ ਇਹ ਵੇਖੋ ਤੁਹਾਡੀ ਕੁੜੀ ਦੀ ਨਿਭੂਗੀ ਜਾਂ ਮੁੰਡਾ ਵਧੀਆ ਨਿਭਣ ਵਾਲਾ ਹੈਗਾ ਨਿਭਾਉਣ ਵਾਲਾ ਕੋਈ ਲੱਖ ਲੁੱਕ 5 ਲੱਖ ਨਹੀਂ ਮੈਟਰ ਕਰਦਾ ਅੱਜ ਕੱਲ੍ਹ ਹਾਲਾਤ ਹੀ ਇਹੋ ਜਿਹੇ ਹੋਏ ਪਏ ਕਿਸੇ ਦਾ ਕੁਛ ਨਹੀਂ ਪਤਾ ਕਿਹੜੇ ਟਾਈਮ 'ਤੇ ਆ ਕੇ ਲੱਤ ਮਾਰਦੇ ਹੈ ਨਾ ਮੈਂ ਆਪਦਾ ਕਿੱਸਾ ਦੱਸਦਾ ਕਈਆਂ ਨੂੰ ਪਤਾ ਨਹੀਂ ਵੈਸੇ ਜਦੋਂ ਮੇਰਾ ਰਿਸ਼ਤਾ ਹੋਇਆ ਸੀਗਾ ਹੁਣ ਮੈਨੂੰ ਆਖਣਗੇ ਤੂੰ ਵੀ ਉਹ ਇੰਨਾ ਵਾਂਗੂ ਕਹਾਣੀਆਂ ਨਹੀਂ ਸੁਣਾਉਂਦਾ ਪਰ ਮੈਂ ਲਵ ਸਟੋਰੀਆਂ ਮੇਰੀ ਲਵ ਸਟੋਰੀ ਨਹੀਂ ਗੀ ਇਟਸ ਅਰੇਂਜ ਸਟੋਰੀ ਸੋ ਤਾਂ ਕਰਕੇ ਮੇਰੀ ਕੋਈ ਸਟੋਰੀ ਹੀ ਨਹੀਂ ਗੀ ਅਤੇ ਜਦੋਂ ਹੋਇਆ ਸੀ ਤਾਂ ਸਾਡੇ ਵੀ ਇੱਥੇ ਬੜੇ ਰਹਿੰਦੇ ਆ ਲਾਲਚੀ ਜੇ ਲੋਕ ਗੱਲ ਕਰਦਾ ਉੱਦਾਂ ਨੋਰਮਲੀ ਅਤੇ ਮੈਨੂੰ ਇੱਕ ਆਂਟੀ ਆਈ ਕਹਿੰਦੀ ਤੁਸੀਂ ਕੁੜੀ ਵਾਲਿਆਂ ਦਾ ਘਰ ਵੇਖਾਏ ਮੈਂ ਕਿਹਾ ਕੁੜੀ ਵਾਲਿਆਂ ਦਾ ਘਰ ਕਾਹਤੋਂ ਵੇਖਣਾ ਮੈਂ ਕਿਹਾ ਅਸੀਂ ਕੁੜੀ ਆਪਦੇ ਘਰ ਲਿਆਉਣੀ ਉਹਨਾਂ ਤੋਂ ਕਹਿੰਦੇ ਨਹੀਂ ਨਹੀਂ ਸਾਡੇ ਤਾਂ ਕੁੜੀ ਵਾਲਿਆਂ ਦੇ ਘਰ ਵੇਖਦੇ ਆ ਕੁੜੀ ਕਿੰਨੀ ਕੁ ਤਕੜੀ ਆ ਤਕੜੀ ਨੂੰ ਮੈਂ ਕਿਹਾ ਸੀ ਕਿ ਉਹਨੇ ਛੱਤ 'ਚ ਬਾਰਾ ਪਾਉਣਾ ਮੈਂ ਕਿਹਾ ਅਗਲੀ ਜਿੱਥੇ ਮਰਜ਼ੀ ਹੋਵੇ ਮੈਂ ਕਿਹਾ ਅਸੀਂ ਕੁੜੀ ਵਿਆਹ ਕੇ ਲਿਆਉਣੀ ਆ ਕਮਾਲ ਲੋਕਾਂ 'ਚ ਨਾ ਲਾਲਚੀ ਮੈਂ ਕਹਿੰਦਾ ਹੱਦੋਂ ਵੱਧ ਕੇ ਲਾਲਚ ਪਾਉਣਾ ਭਰਿਆ ਮੈਂ ਕਿਹਾ ਯਾਰ ਅਸੀਂ ਕੁੜੀ ਵਾਲੇ ਦੇ ਚਬਾਰਾ ਪਾਉਣਾ ਛੱਤ 'ਤੇ ਗਾਉਣ ਦਾ ਪੁੱਛਣ ਲਾਵੇ ਅਸੀਂ ਘਰ ਵੇਖ ਕੇ ਕਰਨਾ ਕੁੜੀਆਂ ਕੁੜੀ ਵਾਲੇ ਵੇਖਣ ਸਾਡਾ ਘਰ ਆ ਗਿਆ ਕੁੜੀ ਇੱਥੇ ਸਹੀ ਰਹਿ ਲੂਗੀ ਵੀ ਮਤਲਬ ਕਿ ਮੁੰਡੇ ਨੂੰ ਸ਼ਬਦ ਨਹੀਂ ਜਾਂਦਾ ਮੈਂ ਕਿਹਾ ਨਹੀਂ ਆਪਾਂ ਲੋਕਾਂ ਦੇ ਹੱਥ ਤੱਕ ਨਹੀਂ ਲਾਈਦਾ ਤੇ ਫਿਰ ਉਹ ਤੋਂ ਬਾਅਦ ਮਤਲਬ ਕਿ ਉਹਨਾਂ ਨੇ ਇਹ ਕਿਹਾ ਵੀ ਜਿੱਦਾਂ ਆਪਾਂ ਬਸ ਉੱਦਾਂ ਕਰਨਾ ਰਿਸ਼ਤਾ ਵੀ ਜਿੱਦਾਂ ਸਾਡੀ ਕੁੜੀ ਨੂੰ ਅੱਗੇ ਕੋਈ ਪ੍ਰੋਬਲਮ ਨਾ ਪੜ੍ਹਾ ਲਿਖਾਈ ਅੱਜ ਕੱਲ੍ਹ ਵੈਸੇ ਮਾਹੌਲ ਬਹੁਤ ਖਰਾਬ ਆ ਨਸ਼ਾ ਪੱਤਾ ਵਾਕਈ ਜੇ ਪਤਾ ਵੀ ਕਰ ਲਓ ਤਾਂ ਆਖਰ ਇੱਕ ਟਾਈਮ 'ਤੇ ਕੁਛ ਨਾ ਕੁਛ ਤਾਂ ਨਿਕਲ ਹੀ ਆਉਂਦਾ ਸੋ ਜਿਹੜੇ ਵੀ ਲਾਉਂਦੇ ਆ ਨਿਭਾ ਲਿਆ ਕਰੋ ਸਿਰੇ ਤੱਕ ਬਾਹਲੀ ਵਧੀਆ ਗੱਲ ਆ ਸੋ ਮੇਰੇ ਹਿਸਾਬ ਨਾਲ ਤਾਂ ਯਾਰ ਅੱਜ ਕੱਲ੍ਹ ਦਾ ਮਾਹੌਲ ਬਹੁਤ ਮਾੜਾ ਲੋਕ ਕਨੇਡਾ ਦੇ ਮੂੰਹ ਨੂੰ ਰਿਸ਼ਤੇ ਤਾਂ ਕਰੀ ਜਾਂਦੇ ਇਹ ਨਹੀਂ ਪਤਾ ਵੀ ਕਨੇਡਾ 'ਚ ਉਹਦੀ ਸਟੋਰੀ ਕੀ ਹੈ ਜਾਂ ਕਨੇਡਾ 'ਚੋਂ ਰਹਿ ਲੂ ਕਿ ਨਹੀਂ ਕੱਟ ਪਾਊ ਉਹਦੇ ਨਾਲ ਬੰਦ ਹੀ ਲੋਕ ਇਹ ਵੇਖ ਲੈਂਦੇ ਸਾਡੀ ਕੁੜੀ ਖੁਸ਼ ਹੋਵੇ ਬਾਹਰ ਦੇ ਮੂੰਹ ਨੂੰ ਤਾਂ ਇੰਨੇ ਰਿਸ਼ਤੇ ਹੁੰਦੇ ਨਾ ਇੰਨੇ ਜ਼ਿਆਦਾ ਮੁੰਡਾ ਕਨੇਡਾ ਚਲੋ ਤੋੜ ਦਿਉ ਕੁੜੀ ਵੇਖਣਾ ਮੂੰਹ ਹੀ ਨਹੀਂ ਵੇਖਣਾ ਕਿੱਦਾਂ ਦਾ ਮੁੰਡਾ ਚੱਲ ਤੋੜ ਦਿਉ ਬਸ ਪਰ ਸੁੱਖ ਵੀ ਵੇਖਿਆ ਕਰੋ ਆਪਦੀ ਕੁੜੀਆਂ ਦਾ ਮੈਂ ਕੁੜੀਆਂ ਦੇ ਮਾਂ ਪਿਓ ਨੂੰ ਗੱਲ ਆਖਦਾ ਇਹ ਤਾਂ ਇਹਦੀ ਗੱਲ ਨਹੀਂ ਕਰਦਾ ਉੱਦਾਂ ਦੱਸਦਾ ਮੈਂ ਕਿਤੇ ਤੁਹਾਨੂੰ ਲੱਗੇ ਮੈਂ ਇਹ ਕਹੀ ਜਾਂਦਾ ਵੀ ਤੁਸੀਂ ਇਹਨਾਂ ਦੀ ਨਹੀਂ ਇਹ ਤਾਂ ਟੌਪਿਕ ਤੋਂ ਬਾਹਰ ਹੈ ਗੱਲਾਂ ਆ ਜਾ ਇਹਨਾਂ ਨੇ ਕਿਹਾ ਵੀ ਮੈਂ ਡੀ ਫਾਰਮੇਸੀ ਕਰਨੀ ਜਾਂ ਕਿੱਦਾਂ ਬੀ ਫਾਰਮੇਸੀ ਕਰਨੀ ਹੈ
रोके ਬੁੱਧ ਕੰਮ ਛੁੱਧ ਬੁੱਧਵਾਰ ਨੂੰ ਸਾਰਾ ਕੰਮ ਹੋਇਆ ਵੱਡੀ ਮਿੰਟ ਸਾਰਾ ਕੰਮ ਹੋਇਆ ਅਸੀਂ ਆਪਣਾ ਰਿਸ਼ਤਾ ਪੱਕਾ ਲੱਟਣ ਪੱਟਣ ਦਾ ਗਿਆ ਅੱਛਾ ਜਦੋਂ ਫਿਰ ਰੋਕਾ ਫਾਈਨਲ ਕੀਤਾ ਗਿਆ ਤੇ ਰੋਕਾ ਹੋਇਆ ਉਹ ਵੀ ਤਾਂ ਵਾਲ ਹੈ ਤਾਂ ਹੈ ਨਹੀਂ ਇੱਥੇ ਪਰ ਬਾਨੇ ਨਾਲ ਕਰ ਆ ਤੁੰਦੀ ਨਾ ਯਾਰ ਕਈਆਂ ਨੂੰ ਆ ਤੁੰਦੀ ਕੁੜੀ ਨਾਲ ਕਰਨ ਦੀ ਓ ਓ ਬਹੁਤ ਛੇਤੀ ਅਸੀਂ ਸਾਂਝਾ ਕਰਾਂਗੇ ਉਹਦੀ ਐਲਬਮ ਵੀ ਹੈਗੀਆਂ ਮੇਰੇ ਕੋਲ ਸਾਰੀਆਂ ਕਲਿੱਪਸ ਹਾਂ ਕਲਿੱਪਸ ਮੈਂ ਜ਼ਰੂਰ ਕਰਾਂਗੀ ਤੇ कुछ प्राइवेट है जिंदगी कुछ तो हो एक सिर्फ वीजा ही है जो पहले नहीं दसते बाद चो आए तो दस दें वह भी यार कि पैकिंग तक शिवम ने पैकिंग व्लॉग बनाया सारा कुछ पैक कर लिया कच्छे बनाना पानी भुल गया पता नहीं विखाए नहीं की यार दस एल्बम भी जे ना विखाई ना एल्बम तो फिर वेख लिया हूँ कहते शिव मंगू मुकर चो पीआर हो जाते पर कोई पुछे प्लस टू पास है जी अस पर कनेडा कोर्स किए हुए चलते कोर्स चलते होने भरावे ना आखियो कि रिंपल गलत बोली तुम नहीं आखिया मैं उदा आपके वालों अंदाजा लाया लिटरली मैं हरेक पिक च ऐदा करके ऐदा भी सिर नहीं चुकया दरवाजे रोमांचिक प्रोग्राम बनाने मैं लगता पॉडकास्ट भी है नी मैं देख के ऐदा कर दी होर कुछ की करते दसा करो सारा कुछ जा जवा के वेखी चली गई इन्हें घुमा फेरी चलती रही यार अजकल वधिया चल पता की हुंदा व्याह हुंदा रिश्ता करता शगन हो गया रोका हो गया चल एक अद्धे मिल ले कि फैमिलियां च मिल ले या उदा मुंडा कुड़ी कल भी कितने बहर मिले एक अद्धी वारी दो वारी चल ए तो घुमा फिरी जिमें एंजल शिवम वाला हिसाब हूँ मयंक हिमानी नहीं हटती हिमानी की गल परसोत्तम लैके पहुंची नहीं हिमा मयंक करे इधर ऐ ना करो यार मैगी मुगी बनाओ नवी कोई गुलाबी रंग की 16 साल की उम्र च रोका हो गया फिर घूमी दे 2 साल 18 साल की उम्र च विआह हो गया
ਮੇਰੇ ਤਾਂ ਸਾਲ ਦੋ ਸਾਲਾਂ ਬਾਅਦ ਬਾਹਰ ਆ ਗਈ, ਹਲੇ ਵੀਹ ਬਾਈ ਵੀਹ ਇੱਕੀ ਸਾਲ ਦੀ ਹੋ ਗਈ ਯਾਰ। ਗਾਂਹ ਕੀ ਕਰਨਗੇ ਇਹਨਾਂ ਨੇ ਤਾਂ, ਜਿਹੜੀ ਬੰਦੇ ਦੀ 40 ਸਾਲ ਦੀ ਅਚੀਵਮੈਂਟ ਹੈ ਇਹਨਾਂ ਨੇ 21 ਸਾਲਾਂ 'ਚ ਹੀ ਕਰ ਲਈ, ਸਟੱਡੀ ਕਰਨਾ, ਬਾਹਰ ਆਉਣਾ, ਸਟਰਗਲ ਕਰਨੀ, ਘਰ ਵਾਲੇ ਨੂੰ ਸੱਦਣਾ, ਜਵਾਕ ਜਵਾਕ ਕਿਸੇ ਦੀ ਜਿੱਦਾਂ ਜਲੰਧਰ ਆਪਾਂ ਛੱਡਿਆ ਨੀ ਕੋਈ ਹਵੇਲੀ, ਸਾਰਾ ਕੁਛ ਜਲੰਧਰ ਜੋ ਜੋ ਘੁੰਮਣ ਵਾਲਾ ਸਾਰੇ ਘੁੰਮ ਕੇ ਆਏ ਆਪਾਂ। ਮੈਕਡੋਨਲ ਘੁੰਮਣ ਵਾਲਾ ਹੁੰਦਾ ਅੱਛਾ ਇਹਨਾਂ ਨੇ ਸਾਰਾ ਕੁਛ ਪਹਿਲਾਂ 10 ਰੱਖਿਆ ਸੀ। ਇਹ ਯਾਰ ਮੈਂ ਹੀ ਸਬ ਟੀਵੀ ਆ ਗਿਆ, ਸਾਰੇ ਚੈਨਲ ਨਹੀਂ ਫਿਰੋਲਦਾ ਹੁਣ। ਉਹ ਜਵਾਕ ਵਿਚਾਰਾ ਐਵੇਂ ਗੋਦੀ ਚ ਪਾ ਵੇਖੀ ਜਾਂਦਾ ਬੈਂਡ ਨਾ ਨਾ ਆਏ, ਬੈਂਡ ਵੱਜੇ ਨਾ, ਭੰਡਾ ਪਹਿਲਾਂ ਹੀ ਖੋਲ ਦਿੰਦੇ ਇਹਨਾਂ ਦਾ ਕੁਛ ਨਹੀਂ। ਚਲੋ ਮੈਂ ਮਤਲਬ ਮੇਰੀ ਮੈਰਿਜ ਹੋਈ ਸੀਗੀ ਉਦੋਂ, ਮਤਲਬ ਦਸੰਬਰ ਚ ਸਾਡੀ ਮੈਰਿਜ, ਦਸੰਬਰ ਆਹ ਕਿਹੜੇ ਮਹੀਨੇ ਜਿਹੜੇ ਤੁਹਾਡੇ ਵਾਲੇ ਪਾਸੇ ਚੱਲਦੇ ਆ, ਦਸੰਬਰ ਜਨਵਰੀ ਫੈਬਰੂਰੀ ਦਸੰਬਰ, ਦਸੰਬਰ ਨਹੀਂ ਹੁੰਦਾ ਉਹ ਗਾਣਾ ਨਹੀਂ ਸੀਗਾ, ਮਿੰਟ ਮਿੰਟ ਲੰਘਦਾ ਕੀ ਕਹਿੰਦਾ ਸੀਗਾ ਯਾਰ, ਦਸੰਬਰ ਦਾ ਮਹੀਨਾ, ਮੈਨੂੰ ਗਾਣੇ ਦਾ ਨਾਂ ਭੁੱਲ ਗਿਆ ਖਾਣ ਪੈਣੇ ਵਾਲੇ ਦਾ, ਦਸੰਬਰ ਦੇ ਦਿਨ ਪਤਾ ਨਹੀਂ ਯਾਰ ਮੈਨੂੰ ਨਾਂ ਨਹੀਂ ਯਾਦ ਆਈ ਜਾਂਦਾ, ਹਾਲ ਧੁੰਦਾ ਦਾ ਆਏ ਬੰਦਾ ਦਿਸੇ ਹਾਲ ਧੁੰਦਾ ਦਾ ਆਏ ਬੰਦਾ ਦਿਸੇ ਬੰਦੇ ਨੂੰ ਐਤਕੀ ਦਸੰਬਰ ਦੇ ਦਿਨ ਬੱਲੀਏ, ਉਹਦੇ ਕੋਲ ਐਤਕੀ ਦਸੰਬਰ ਦੇ ਦਿਨ ਬੱਲੀ ਐ ਕਿਉਂਕਿ ਦਸੰਬਰ ਗਾਣਾ ਹੀ ਬਦਲ ਦੋ ਨਾ ਦੀ ਮੈਰਿਜ ਤੋਂ ਪਹਿਲਾਂ ਵੀ ਸਾਰੀ ਕੀਤੀ ਹੈ, ਇਹਨਾਂ ਦੀ ਕਿਸਮਤ ਇੰਨੀ ਮਾੜੀ ਇੰਨੀ ਖਰਾਬ ਕਿਸਮਤ ਨਾ, ਕਿ 3 ਮਹੀਨੇ ਬਾਅਦ ਜਦੋਂ ਇਹਨਾਂ ਪੂਰਾ ਤਿਆਰ ਹੋ ਗਿਆ ਨਾ ਰਿਜ਼ਲਟ ਦੇ, ਮਤਲਬ ਕਿ ਟੈਸਟ ਵਾਜ ਟੈਸਟ ਭਰਨ ਜਾਣਾ ਜੀ, ਲੋਕਡਾਊਨ ਲੱਗ ਗਿਆ, ਪੇਪਰ ਪੋਸਟਪੋਨ ਹੋ ਗਏ ਆ, ਏਦਾਂ ਹੋ ਗਿਆ ਐਰ ਕੀ ਆਪਾਂ 1 ਮਹੀਨਾ ਪਹਿਲਾਂ ਪੇਪਰ ਫਿਲ ਕੀਤਾ ਫਿਰ ਜਾ ਕੇ 9 ਤਰੀਕ ਦੀ ਵਾਰੀ ਆਈ ਆ, ਬਹੁਤ ਬੱਚੇ ਪਿਛਲੇ ਮਹੀਨੇ ਦੀ 9 ਤਰੀਕ ਨੂੰ। ਅੱਛਾ ਇਹ ਲੋਕਡਾਊਨ 2020 'ਚ ਲੱਗਿਆ ਸੀ ਉਦੋਂ ਦੇ ਪੇਪਰ ਭਰੇ ਆ ਇਹਨੇ, ਅਤੇ ਮੰਨ ਲਓ ਰਿਜ਼ਲਟ ਆਉਂਦਾ ਤਾਂ 2021 'ਚ ਫਾਈਲ ਲੱਗਣੀ ਚਾਹੀਦੀ ਹੈ, ਪਹੁੰਚੀ ਇਹ 22 ਦੇ ਐਂਡ 'ਚ ਆ, ਸਟਰਗਲ ਵਾਕਈ ਬੜੀ ਹੈ ਯਾਰ, ਆਹ ਸਟਰਗਲ ਨੂੰ ਤਾਂ ਸਲੂਟ ਆ ਤੁਹਾਡੀ, ਸੁਨੇਹਾ ਵਾਂਗੂ 4 ਵਾਰੀ ਤਾਂ ਨਹੀਂ ਕੀਤੀ ਕਿਤੇ, ਪੇਪਰ ਫਿਲ ਕੀਤਾ ਸੀ ਅਤੇ ਐਰ ਕੀ 9 ਤਰੀਕ ਨੂੰ ਮਤਲਬ ਕਿ ਯਾਰ ਪੇਪਰ ਹੋਇਆ। ਅੱਛਾ ਮਾੜਾ ਹਾਲ ਹੈ ਨਾ, ਮੈਂ ਕਿਹਾ ਕਿਤੇ ਕੋਈ ਆ ਗਿਆ, ਇੰਡੀਆ ਦਾ ਬੜਾ ਮਾੜਾ ਹਾਲ ਹੈ ਨਾ ਦੱਸੀ, ਨਹੀਂ ਪੰਜਾਬ ਠੀਕ ਹੈ ਜੇ, ਤਾਂ ਕਿਸਾਨ ਏਕਤਾ ਜਿੰਦਾਬਾਦ ਉਹ ਕਹਿੰਦੀ ਮੈਨੂੰ ਵੀ ਵਿਖਾ ਕੇ ਲਿਆ ਗੋਲਦਾ ਨੀ, ਲਿਜਾ ਕੇ ਨੀ ਖੁਸ਼ ਕਿਤੇ ਆਪਦੀ ਘਰ ਵਾਲੀ ਨੂੰ ਕਿਤੇ, ਮੈਂ ਇੱਕ ਚੀਜ਼ ਬੜੀ ਵੇਖੀ ਜਿਹੜੇ ਵਿਆਹ ਕਰਾ ਲੈਂਦੇ ਨਾ ਇਹਦੀ ਗੱਲ ਨੀ ਕਰਦਾ ਹੁਣ ਕਿਤੇ, ਆਖੋ ਸਾਰੀਆਂ ਇੱਥੇ ਲਾਈ ਨੀ, ਕਈ ਮੁੰਡੇ ਇੱਦਾਂ ਹੁੰਦੇ ਉਹ ਆਪਦੇ 11 ਵੇਲੇ ਨੇ ਘੁੰਮਦੇ ਰਹਿੰਦੇ ਆ, ਚਲੋ ਘੁੰਮੀ ਜਾਓ ਕਦੇ ਕਦੇ ਚੱਲ ਜਾਓ ਪਰ ਹਮੇਸ਼ਾ ਨਹੀਂ, ਮੈਂ ਤਾਂ ਭਰਾਵਾ ਇਹ ਤਾਂ ਕੰਮ ਰਹੋਗੇ, ਆਪਾਂ ਦਿੱਲੀ ਦਾ ਪਲਾਨ ਬਣਾਇਆ ਸੀ ਪਹਿਲਾਂ ਉਹ ਕੈਂਸਲ ਹੋ ਗਿਆ ਸਾਡਾ, ਕਿਉਂਕਿ ਆਪਾਂ ਕਿਸਾਨਾਂ ਦਾ ਬਣਾਇਆ ਸੀ, ਆਹੋ ਜੋਤੀ ਪਿੰਡ ਨਾਲ ਠਹਿਰ ਕੇ ਜਾਣਾ ਭਰਾਵਾ, ਲਵ ਸਟੋਰੀ ਕਿੱਥੇ ਹੈ ਕੀ ਗੱਲ ਇੱਥੇ ਕੌਣ ਬਣੇਗਾ ਕਰੋੜਪਤੀ ਚੱਲੀ ਜਾਂਦਾ, ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ, ਦੱਸ ਦਿੱਤਾ ਮੇਰੇ ਮੰਮਾ ਕਹੀ ਜਾਣ ਮੈਨੂੰ ਦੁੱਧ ਪੀ ਲੈ ਜਾ ਕੇ, ਮੈਂ ਮੰਮਾ ਲੱਗੀ ਉੱਥੇ ਕੰਮ ਕੁੰਮ ਕਰਾਉਣ, ਉਹ ਕਿਦੋਂ ਸੁਣਨ ਡਿਆ, ਤੇ ਮੰਮਾ ਤੁਸੀਂ ਉਦੋਂ ਸੋਚਿਆ ਸੀ ਕਿ ਮੈਂ ਤੁਹਾਡੀ ਨੂੰਹ ਬਣੂੰਗੀ, ਕਿੱਦਾਂ
ਤੇ ਪਲੈਨਿੰਗ ਕਰਨੀ ਤੋਂ ਆ ਜਾਂਦੀ ਹੈ ਚਲੋ ਹਾਈ ਡਿੱਡੂ ਜੋਤੀ ਖਾਣ ਦਿਆ ਮਾਮੂ ਨਾਲ ਆ ਜਾਓ ਅੱਜ ਆਪਾਂ ਬਣਾਏ ਆ ਮਿੱਸੇ ਪ੍ਰਸ਼ਾਦੇ ਮਿੱਸੀਆਂ ਰੋਟੀਆਂ ਨਾਲ ਦੇ ਤਾਂ ਮਮਾ ਬੈਠੇ ਹਾਂ ਨਾਨੀ ਨੂੰ ਕੀ ਕਹਿਣਾ ਤੂੰ ਮੱਕੋ ਕੀ ਲਵ ਸਟੋਰੀ ਜਵਾਕ ਦਾ ਵਲੌਗ ਪਾਪਾ ਵੀ ਉਹ ਖਾਈ ਜਾਂਦੇ ਹੁਣ ਤਾਂ ਨਿੱਕੀ ਨਾਨੀ ਨੂੰ ਵੈਸੇ ਯਾਰ ਕਮਾਲ ਦੀ ਗੱਲ ਹੈ 16 ਸਾਲ ਦੀ ਉਮਰ 'ਚ ਯਾਰ ਰਿਸ਼ਤਾ ਇੱਥੇ ਸਾਲਾ 20 ਸਾਲ ਦੀ ਉਮਰ 'ਚ ਵੀ ਅਕਲ ਨਹੀਂ ਸੀਗੀ 16 ਸਾਲ ਦੀ ਉਮਰ 'ਚ ਰਿਸ਼ਤੇ ਹੋਏ ਹੋ ਜਾਂਦੇ ਯਾਰ ਕਈਆਂ ਦੇ ਛੋਟੀ ਉਮਰ ਹੋ ਜਾਂਦੇ ਤਾਂ ਹੀ ਟਾਈਮ ਨਾਲ ਸਕਸੈਸਫੁਲ ਹੋ ਗਏ ਜੀਵੂ ਆਇਆ ਨਹੀਂ ਹਜੇ ਤੇਰਾ ਜੀਵੂ ਜੀਵੂ ਦੀ ਜੱਫੀ ਵੀ ਬੜੀ ਮਹਿੰਗੀ ਪਏਗੀ ਲੱਖ ਦੋ ਲੱਖ ਨੂੰ ਤਾਂ ਪੈ ਹੀ ਜਾਊਗੀ ਤੁਹਾਡੀ ਜੱਫੀ ਵੀ ਚੱਲ ਕੋਈ ਗੱਲ ਨਹੀਂ ਜੀਵੂ ਵੀ ਆਊਗਾ ਭੁੱਖਾ ਕੱਲਾ ਰੋਟੀ ਖਾਈ ਜਾਂਦਾ ਬਾਕੀ ਜਵਾਕ ਵਾਲੀ ਮੱਤ ਹੈ ਯਾਰ ਸੱਚੀ ਸਹੀ ਗੱਲ ਹੈ ਬਣਿਆ ਵਲੌਗ ਹਜੇ ਹੈ ਕੋਈ ਲਵ ਸਟੋਰੀ ਦੇ ਰਿਲੇਟਡ ਕੁਛ ਹੋਰ ਖਰਾਬ ਬੜਾ ਕਰਦੀ ਆ ਕੀ ਕਰਾਂ ਹੁਣ ਮੈਂ ਹੈ ਹੀ ਨੀ ਲਵ ਸਟੋਰੀ ਵਿੱਚ 16 ਸਾਲ ਦੀ ਉਮਰ 'ਚ ਵਿਆਹ ਹੋ ਗਿਆ ਉਦੋਂ ਬਾਅਦ ਕੁਛ ਆਇਆ ਨਹੀਂ ਮਿਲਣ ਲੱਗੇ ਤਾਂ ਵਾਵੇ ਕੋਈ ਵਿਆਹ ਦਾ ਤਾਂ ਕੋਈ ਗੱਲ ਹੀ ਨਹੀਂ ਕੀਤੀ ਰੋਕੇ ਤੱਕ ਹੀ ਚੱਲਿਆ ਕੰਮ ਰੋਕੇ ਤੋਂ ਬਾਅਦ ਕੀਤੀ ਉਦੋਂ ਬਾਅਦ ਤਾਂ ਦੱਸਿਆ ਨਹੀਂ ਅਸੀਂ ਕਰਨਾ ਕੀ ਆ ਵੈਸੇ 2020 'ਚ ਆਇਆ ਸੀ ਪੇਪਰ ਭਰਤੀ ਫਿਰਦੀ ਸੀ ਭਰਾਵਾ 2022 ਦੇ ਐਂਡ 'ਚ ਜਾ ਕੇ ਗਈ ਹੈ ਇਹ ਭਰਾਵਾ ਕੰਮ ਵਾਕਈ ਰਹੂੰਗਾ ਯਾਰ ਛੇ ਮਹੀਨੇ ਤਾਂ ਮੇਰੇ ਹਿਸਾਬ ਨਾਲ ਉਦੋਂ ਲੱਗ ਜਾਂਦੇ ਕੈਨੇਡਾ ਦੀ ਫਾਈਲ ਕਰਦੇ ਕਰਦੇ ਹੁਣ 4-6 ਮਹੀਨੇ ਤਾਂ ਲੱਗਦੇ ਹੀ ਆ ਅੱਛਾ ਉਹ ਭਰਾਵਾ ਤੁਸੀਂ ਰਾਜਮਾਂਹ 'ਚ ਗੰਢੇ ਪਾ ਦਿੰਦੇ ਹੋ ਉਹ ਭੰਗੜਾ ਕਵੀਨ ਵਾਂਗੂ ਅਤੇ ਲਵ ਸਟੋਰੀ ਵਲੌਗ 'ਚ ਬੇਸਣ ਦੇ ਪੂੜੇ ਇਹ ਵੀ ਵਿੱਚ ਹਿੱਸਾ ਨੇ ਕੋਈ ਕਿ ਬੇਸਣ ਦੇ ਪੂੜੇ ਖਾਧੇ ਜੀਵਨ ਨੂੰ ਬੜੇ ਪਸੰਦ ਹੈ ਜੀਵਨ ਨੂੰ ਝੱਟ ਹਾਂ ਕਰਤੀ ਓਏ ਹੋਏ ਲਓ ਜੀ ਹੁਣ ਬਣ ਰਿਹਾ ਬੇਸਣ ਦੇ ਵੈਸੇ ਕੁਛ ਪਰਸਨਲ ਜਾਂ ਪ੍ਰਾਈਵੇਟ ਰਹਿ ਨਹੀਂ ਜਾਂਦਾ ਇਹਨਾਂ ਦੀ ਜ਼ਿੰਦਗੀ 'ਚ ਬੁੱਗੀ ਛੋਨਾ ਤਾਂ ਇਹਨਾਂ ਤੋਂ ਹੀ ਚੱਲਦਾ ਰਹਿੰਦਾ ਓਹੋ ਚਲੋ ਹੁਣ ਯਾਰ ਮੈਂ ਨਹੀਂ ਯਾਰ ਮੈਂ ਬੇਸਣ ਦੇ ਪੂੜੇ ਨਹੀਂ ਵੇਖਣੇ ਕਿ ਵੇਖਾਂ ਕੁਕਿੰਗ ਕਿੱਦਾਂ ਦੀ ਹੈ ਪਕੌੜੇ ਖਾਵਾਂਗੇ ਪਕੌੜੇ ਕਰਨ ਲੱਗਾ ਸੀ ਪੂੜੇ ਆਪਣੇ ਕਮਰੇ 'ਚ ਲਾਇਓ ਠੀਕ ਹੈ ਰੋਟੀ ਪਾਕ ਵਿੱਚ ਹਾਂ ਕਿੱਦਾਂ ਦਾ ਗੈਸ ਮਤਲਬ ਸਲਫ ਨੀਵੀਂ ਹੈ ਗੈਸ ਉੱਚਾ ਨਾ ਇਹ ਕਈਆਂ ਦੇ ਚੱਲਦਾ ਇੱਦਾਂ ਨਾ ਸਲਫ ਨੀਵੀਂ ਹੁੰਦੀ ਗੈਸ ਵਾਲਾ ਪੋਰਸ਼ਨ ਉੱਚਾ ਹੁੰਦਾ ਕਈਆਂ ਦੇ ਗੈਸ ਵਾਲਾ ਪੋਰਸ਼ਨ ਨੀਵਾਂ ਹੁੰਦਾ ਸਲਫ ਦੇ ਸਮਤਲ ਰੱਖਿਆ ਹੁੰਦਾ ਅਤੇ ਕਈਆਂ ਨੇ ਚੁੱਲ੍ਹੇ ਵੀ ਲਾਏ ਹੁੰਦੇ ਰਸੋਈ 'ਚ ਅੱਜ ਕੱਲ੍ਹ ਹੈ ਟਰੈਂਡ ਹੈ ਚੀਜ਼ਾਂ ਦਾ ਬੜਾ ਚੱਲਿਆ ਹੋਇਆ ਚੁੱਲ੍ਹੇ ਵੀ ਰਸੋਈ 'ਚ ਲਾ ਦਿੰਦੇ ਚਿਮਣੀ ਬਾਹਰ ਕੱਢ ਦਿੰਦੇ ਚੁੱਲ੍ਹੇ ਬਣਾਉਣਾ ਚੁੱਲ੍ਹੇ ਬਣਾ ਲਓ ਅੱਛਾ ਹਲਦੀ ਸਾਡੇ ਘਰ ਦੀ ਆ ਗਾਣੇ ਪਤਾ ਨਹੀਂ ਕਿੱਥੇ ਚੱਲੇ ਨੇ ਡੇਚੀ ਚੁੱਚੀ ਓਏ ਯਾਰ ਬਣਾ ਲਾ ਪੂੜੇ ਭਰਾਵਾ ਓਏ ਉਹ ਤੇਲ ਪਾਵਾਂਗੇ ਕੋ ਕਿੰਨਾ ਪਿਆ ਪਿੱਛੇ ਆਇਆ ਪਾਣਾ ਤਾਜ਼ਾ ਕੱਲ ਮੈਂ ਪਕੌੜੇ ਕੱਢੇ ਸੜਿਆ ਤੇਲ ਪਿਆ ਮੈਂ ਕਹੋ ਪਾਲੋ ਕਿੰਨੇ ਉਹ ਨਹੀਂ ਪਾਣਾ ਤਾਜ਼ਾ ਪਾਣਾ ਤਾਜ਼ਾ ਮੈਂ ਤਾਂ ਦੱਸਾਂ ਸਾਡੇ ਘਰ ਇੱਕ ਸੱਚੀ ਜਵਾਕ ਹੈ ਯਾਰ ਇਹ ਸੀਰੀਅਸਲੀ ਜਵਾਕ ਹੈ ਪਰ ਜਵਾਕ ਕੈਨੇਡਾ ਜਾ ਕੇ ਬਹਿ ਗਏ ਬਸ ਸਾਰੇ ਚੱਲ ਗਏ ਹੁਣ ਇਕੱਲਾ ਜੀਵੂ ਰਹਿ ਗਿਆ ਸੁਨੇਹਾ ਤਾਂ ਆਈਓ ਹੀ ਇਕੱਲੀ ਸੀ ਉਹ ਕੋਈ ਤਾਂ ਹੈ ਹੀ ਨਹੀਂ ਪਿੱਛੇ ਹੈ ਨਾ ਬਾਕੀ ਹੋਰ ਵੀ ਕਿਸੇ ਦਾ ਕੋਈ ਵੀ ਹੈ ਨਹੀਂ ਬਸ ਜੀਵੂ ਹੀ ਰਹਿ ਗਏ ਜੀਵੂ ਜਲਦੀ ਜਲਦੀ ਆ ਜਾਣ ਤਾਂ ਫਿਰ ਕੰਮ ਆਪਣੇ ਤੇਲ ਦੀਆਂ ਜਲਦੀ ਜਲਦੀ ਬਣਾ ਕੇ ਤਾਂ ਜਲਦੀ ਜਲਦੀ ਹੋ ਜੂਗਾ ਇੱਕ ਮਹੀਨੇ ਵਿੱਚ ਸਾਡੇ ਘਰ ਇੱਕ ਮਹੀਨੇ ਵਿੱਚ ਸਾਡੇ ਘਰ 15 ਲੀਟਰ ਤੇਲ ਲੱਗਾ ਸੀ ਪੀਂਦੇ ਤਾਂ ਨਹੀਂ ਤੇਲ ਕਿਤੇ ਪਾਣੀ 'ਚ ਗਰਮ ਕਰਕੇ ਪਾਣੀ 'ਚ ਘੋਲ ਕੇ ਜਾਂ ਉੱਦਾਂ ਹੀ ਉਬਾਲਾ ਮਾਰ ਕੇ ਤੇਲ ਨੂੰ ਉਹ ਰਾਤ ਨੂੰ ਸੌਣ ਲੱਗੇ ਲੋਕ ਦੁੱਧ ਪੀਂਦੇ ਤੁਸੀਂ ਤੇਲ ਪੀ ਕੇ 15 ਲੀਟਰ ਤੇਲ ਕਹਿਣਾ ਸੌਖਾ ਪਿਆ ਮੇਰੇ ਹਿਸਾਬ ਨਾਲ ਨਹਾਉਂਦੇ ਵੀ ਤੇਲ ਨਾਲ ਹੀ ਹੋਣਗੇ ਲੱਗਾ ਸੀ ਦੱਸੋ ਮਾੜਾ ਜਿਹਾ ਤੇਰਾ ਪਾਲਾ ਹੋ ਜੇ ਨਵਾਂ ਨਵਾਂ ਵਿਆਹ ਹੋਇਆ ਨਾ ਇਹਨਾਂ ਨੂੰ ਰੋਕ ਲਿਓਗੇ ਤੇ ਸੌਣ ਦਾ ਵੀ ਨਹੀਂ ਨਾ ਤਾਂ ਹੀ ਇਹਦੇ ਮੂੰਹ ਤੇ ਇੰਨੀਆਂ ਫੇਸੀਆਂ ਨਿੰਨੀਆਂ ਓਇਲੀ ਚੀਜ਼ਾਂ ਖਾਧੀਆਂ ਤਾਂ ਹੀ ਯਾਰ ਮੈਂ ਨਹੀਂ ਵੇਖਣੇ ਪੂੜੇ ਯਾਰ ਸੋ ਓਕੇ ਜੀ ਬਾਈ ਮਿਲਦੇ ਫਿਰ ਅਗਲੇ ਗੱਲਾਂ ਬਾਤਾਂ ਦੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਯਾਰ ਪਤਾ ਨਹੀਂ ਕੀ ਹੈ ਦੱਸ 16 ਸਾਲ ਦੀ ਉਮਰ 'ਚ ਵਿਆਹ 17 ਚਾਈਲਡਸ 18 'ਚ ਬਾਹਰ 19 'ਚ ਜਵਾਕ ਜਵਾਕ ਇਹਨਾਂ ਤੋਂ ਤਾਂ ਨਹੀਂ ਕਿਤੇ ਨਹੀਂ ਮਾਮਾ ਭਾਣਜਾ ਤਾਂ ਸੱਚ ਸੋ ਓਕੇ ਜੀ ਬਾਈ ਮਿਲਦੇ ਫਿਰ ਅਗਲੇ ਗੱਲਾਂ ਬਾਤਾਂ ਦੇ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ
बाय बाय। सबसक्राइब करके जाओ चैनल, सबसक्राइब करके नहीं जाते, बाय।